किसान भरावो अज की वीडियो दे विच आपां सरों के चंगे झाड़ लई जमीन की तैयारी किवें करिए उहदे संबंधी गलबात करांगे। सरों की फसल दे लई दो चीज़ां मुख तौर पर काम करदियां, एक तो पलाऊ हल जिहड़े कि तुसीं वीडियो दे विच भी देख रहे हो, मिट्टी पलटण वाले हल, दूजा कराहा। ये दोनों चीज़ां नूं सरों मानदी है। जिहड़े वाहण खाली पए है, शुरू खाली सी जिमें कि राजस्थान दे विच या हरियाणे का कुछ एरिया है, पंजाब का भी कुछ एरिया जिथे झोना नहीं लगता, सौनी दे विच अक्सर वाहन खाली छड्डे जांदे है, या गुवारे मूंगी वाले वाहन है जिहड़े, या कोई टिंडो वगैरह बल्लां वगैरह लाउंदे है तां उह टाइम नाल वेहले हो जांदे है। उन्हां वाहनां दे विच जिन्हें जिहड़े पलाऊ हल मार के छड्डे होए सी उन्हां नूं तुसीं वास वार के तैयार कर लो, कंप्यूटर कराहा लवा के ओके रिपोर्ट कर दो। जिहड़े वाहन हुण खाली हो रहे है उन्हां दे विच वी तुहाडे कोले टाइम है, तुसीं पलाऊ हल जरूर मारो ते कंप्यूटर कराहा लवा लो। आ वाहन है जिहड़ा, ये गुवारे दे वड्ढ वाला वाहन है, गुवारा वड्ढ के इस तों बाद इह च कछू हल मारे है, इह च वी तुसीं पलाऊ हल मार सकदे हो। हुण मीह पिया होया, गिल्ले दे विच पलाऊ हल मारोगे तां ट्रैक्टर भी सौखा रहूगा, तेल दा खर्चा भी घट आऊगा, डले भी नहीं भन्नणे पैंदे। ਅਤੇ ਜੇ ਕੋਈ ਜ਼ਿਮੀਂਦਾਰ ਘੱਟ ਖਰਚੇ 'ਚ ਕੰਮ ਚਲਾਉਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਇੱਕ ਵਧੀਆ ਆਪਸ਼ਨ ਹੈਗਾ ਕੱਛੂ ਹਲਾਂ ਦਾ, ਤੋਤੇ ਹਲ ਜਿਹੜੇ ਤੁਸੀਂ ਸਾਹਮਣੇ ਵੀਡੀਓ 'ਚ ਦੇਖ ਰਹੇ ਹੋ, ਤਾਂ ਤੁਸੀਂ ਇਹ ਮਾਰ ਲਓ। ਇਹਦੇ ਨਾਲ ਕਰਾਹਾ ਲਾਉਣ ਵਾਲੀ ਜਿਹੜੀ ਸਮੱਸਿਆ ਉਹ ਵੀ ਨਿਪਟ ਜਾਂਦੀ ਹੈ, ਅਤੇ ਡੂੰਘੇ ਜਿੰਨੇ ਮਰਜ਼ੀ ਲਾ ਲਓ। ਫਿਰ ਤੁਹਾਨੂੰ ਜਿਹੜਾ ਕੰਪਿਊਟਰ ਕਰਾਹਾ ਉਹ ਲਵਾਉਣ ਦੀ ਜ਼ਰੂਰਤ ਨਹੀਂ ਜੇਕਰ ਤੁਹਾਡੇ ਪਹਿਲਾਂ ਲੱਗਿਆ ਹੋਇਆ ਤਾਂ। ਜੇਕਰ ਵਾਹਣ ਦੇ ਵਿੱਚ ਉੱਚੇ ਅਤੇ ਨੀਵੇਂ ਥਾਂ ਦੋਗੀਆਂ ਹੈਗੀਆਂ ਤਾਂ ਫਿਰ ਤੁਸੀਂ ਕੰਪਿਊਟਰ ਕਰਾਹਾ ਜ਼ਰੂਰ ਲਵਾਓ, ਕਿਉਂਕਿ ਉਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਕਿਉਂਕਿ ਕਿਤੇ ਕਿਤੇ ਫਸਲ ਦੇ ਵਿੱਚ ਪਾਣੀ ਜ਼ਿਆਦਾ ਖੜ ਜਾਂਦਾ ਹੈ, ਕਿਤੇ ਕਿਤੇ ਪਾਣੀ ਘੱਟ ਖੜਦਾ ਹੈ। ਜੇਕਰ ਤੁਸੀਂ ਕੱਛੂ ਹਲ ਜਾਂ ਤੋਤੇ ਹਲ ਮਾਰ ਰਹੇ ਹੋ ਤਾਂ ਉਹਨੂੰ ਜਿੰਨੇ ਵੀ ਡੂੰਘੇ ਲਾ ਸਕਦੇ ਹੋ ਲਾ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਜੇਕਰ ਤੁਸੀਂ ਪਲਾਊ ਹਲ ਮਾਰ ਰਹੇ ਹੋ, ਮਿੱਟੀ ਪਲਟਣ ਵਾਲੇ ਹਲ, ਤਾਂ ਉਨੇ ਡੂੰਘੇ ਹੀ ਲਾਓ ਜਿੰਨੀ ਤੁਹਾਡੀ ਖੇਤ ਦੀ ਮਿੱਟੀ ਉਪਜਾਊ ਹੈ। ਜੇਕਰ ਥੱਲੇ ਰੋਡ ਵਗੈਰਾ ਹੈਗੇ ਤਾਂ ਤੁਸੀਂ ਉਸ ਤੋਂ ਜ਼ਿਆਦਾ ਡੂੰਘੇ ਨਾ ਲਾਓ, ਕਿਤੇ ਰੋਡ ਉੱਤੇ ਆ ਜਾਣ। ਇਸ ਕਰਕੇ ਜਿੰਨੀ ਤੁਹਾਡੀ ਜ਼ਮੀਨ ਦੀ ਜੇ 6 ਇੰਚ 8 ਇੰਚ ਤੱਕ ਵਧੀਆ ਜ਼ਮੀਨ ਹੈਗੀ ਤਾਂ ਉਨੀ ਹੀ ਮਿੱਟੀ ਪਲਟੋ। ਮਿੱਟੀ ਪਲਟਣ ਵਾਲੇ ਹਲ ਤੋਂ ਬਾਅਦ ਵਾਹ ਕੇ ਸੁਹਾ ਕੇ ਉਹਨੂੰ ਬਿਲਕੁਲ ਕੰਪਿਊਟਰ ਕਰਾਹਾ ਲਵਾ ਕੇ, ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ ਵਾਹਣ ਜ਼ਿਆਦਾ ਕਰੜਾ ਹੋ ਗਿਆ ਤਾਂ ਉਹਨੂੰ ਇੱਕ ਵਾਰ ਕਲਟੀਵੇਟਰ ਮਾਰ ਕੇ, ਸੁਹਾਗਾ ਮਾਰ ਕੇ, ਬੱਟਾਂ ਪਾ ਕੇ ਤੁਹਾਡਾ ਜਿਹੜਾ ਵਾਹਣ ਹੈ ਉਹ ਰੌਣੀ ਲਾਉਣ ਦੇ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ। ਤਾਂ ਤੁਸੀਂ ਸਰੋਂ ਦੀ ਰੌਣੀ ਹੈ ਜਿਹੜੀ ਆਪਣੀ ਬਿਜਾਈ ਦਾ ਸਮਾਂ ਦੇਖਦੇ ਹੋਏ ਕਰ ਸਕਦੇ ਹੋ। ਸਰੋਂ ਦੇ ਚੰਗੇ ਝਾੜ ਲਈ ਜ਼ਮੀਨ ਦੀ ਤਿਆਰੀ ਕਰਨ ਦਾ ਇਹ ਸਭ ਤੋਂ ਬੈਸਟ ਤਰੀਕਾ ਹੈ। ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਹਰ ਇੱਕ ਫਸਲ ਦੇ ਲਈ ਮੌਸਮ ਡਿਪੈਂਡ ਕਰਦਾ ਹੈ ਉਹਦੇ ਝਾੜ ਲਈ, ਅਤੇ ਜ਼ਮੀਨ ਦੀ ਜਿਹੜੀ PH ਲੈਵਲ ਹੈ ਅਤੇ ਔਰਗੈਨਿਕ ਕਾਰਬਨ ਉਪਜਾਊ ਸ਼ਕਤੀ ਜ਼ਮੀਨ ਦੀ, ਉਹ ਵੀ ਬਹੁਤ ਵੱਡਾ ਅਹਿਮ ਰੋਲ ਰੱਖਦੀ ਹੈ। ਸਰੋਂ ਦੀ ਫਸਲ ਨੂੰ ਵੈਸੇ ਤਾਂ ਬਾਹਲਾ ਤਕੜਾ ਵਾਹਣ ਦੀ ਲੋੜ ਨਹੀਂ ਹੁੰਦੀ, ਪਰ ਫਿਰ ਵੀ ਜਦੋਂ PH ਜਾਂ ਔਰਗੈਨਿਕ ਕਾਰਬਨ ਇੰਨਾ ਜ਼ਿਆਦਾ ਖਰਾਬ ਹੁੰਦਾ ਤਾਂ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਾਂ ਇਹੋ ਜਿਹੀ ਸਰੋਂ ਹੁੰਦੀ ਹੈ, ਤਾਂ ਉੱਥੇ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਸਰੋਂ ਇਹੋ ਜਿਹੀ ਹੀ ਹੋਊਗੀ। ਤਾਂ ਇਹ ਜੇ ਵਾਹਣਾਂ ਨੂੰ ਰੂੜੀ ਪਾ ਕੇ ਹਰੀ ਖਾਦ ਵਾਹ ਕੇ ਸੁਧਾਰਨ ਦੀ ਲੋੜ ਹੈ, ਤਾਂ ਕਿ ਤੁਹਾਡੀ ਜਿਹੜੀ ਫਸਲ ਹੈ ਇਹੋ ਜਿਹੀ ਨਾ ਹੋਵੇ। ਇਹੋ ਜਿਹੀ ਫਸਲ ਤੋਂ ਚੰਗੇ ਝਾੜ ਦੀ ਉਮੀਦ ਕਰਨਾ ਬੇਵਕੂਫੀ ਆ ਚੰਗੇ ਝਾੜ ਦੇ ਲਈ। ਤਾਂ ਇਸ ਸਮੇਂ ਇੱਕ ਰਾਇ ਮੈਂ ਹੋਰ ਦੇਣਾ ਚਾਹੂੰਗਾ ਕਿ ਤੁਸੀਂ ਆਪਣੀ ਜ਼ਮੀਨ ਦੇ ਵਿੱਚੋਂ ਸੈਂਪਲ ਲੈ ਕੇ 6-7 ਇੰਚ ਡੂੰਘਾਈ ਤੱਕ 20 ਆਕਾਰ ਦੇ ਖੱਡੇ ਤੋਂ 1-1 ਇੰਚ ਮਿੱਟੀ ਲੈ ਕੇ ਉਹਨੂੰ ਮਿਕਸ ਕਰਕੇ, ਆਪਣੀ ਵੀਡੀਓ ਵੀ ਪਾਈ ਹੋਈ ਹੈ ਚੈਨਲ ਦੇ ਉੱਤੇ, ਤੁਸੀਂ ਚੈੱਕ ਕਰ ਸਕਦੇ ਹੋ ਕਿ ਮਿੱਟੀ ਦਾ ਸੈਂਪਲ ਕਿਵੇਂ ਲੈਣਾ, ਤਾਂ ਮਿੱਟੀ ਜ਼ਰੂਰ ਚੈੱਕ ਕਰੋ। ਤਾਂ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਸ ਸਮੇਂ ਤੁਸੀਂ ਰੌਣੀ ਕਰਨੀ ਹੈ। ਬਾਕੀ ਜਿਹੜਾ ਇਹ ਸਮਾਂ ਚੱਲ ਰਿਹਾ, ਅੱਜ 27 ਤਰੀਕ ਹੋ ਗਈ ਆ, ਤਾਂ ਤੁਸੀਂ ਰੌਣੀ ਕਰ ਸਕਦੇ ਹੋ। ਅਗੇਤੀਆਂ ਸਰੋਂ ਦੇ ਵਿੱਚ ਬਿਜਾਈ ਤੁਸੀਂ ਵਧੀਆ ਢੰਗ ਤਰੀਕੇ ਨਾਲ ਕਰ ਸਕਦੇ ਹੋ। ਬਾਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਰੋਂ ਦੀ ਬਿਜਾਈ ਦਾ ਸਹੀ ਟਾਈਮ ਅਤੇ ਵਰਾਇਟੀਆਂ ਬਾਰੇ। ਧੰਨਵਾਦ।